ਇਸ ਮੈਚ ਦੇ ਵਿੱਚ ਕਹਿੰਦੇ ਮਾਲਵੇ ਦੇ ਵੀ ਪਲੇਅਰ, ਚੰਡੀਗੜ੍ਹ ਸਾਈਡ ਦੇ ਵੀ ਜਿਹੜੇ ਪਲੇਅਰ ਹੈ ਉਹ ਇਸ ਖੇਡ ਮੈਦਾਨ ਅੰਦਰ ਪੁੱਜੇ ਹੋਏ ਹੈ। ਰੈਫਰੀ ਦੀ ਜ਼ਿੰਮੇਵਾਰੀ ਸਾਡੇ ਪਾਲ ਫੰਘੂੜਾ ਜੀ ਤੇ ਤੇਜਿੰਦਰ ਕਾਲਕੜ ਜੀ ਦੀ ਹੋਵੇਗੀ ਤੇ ਮੂੰਹ ਸਮਰੇ ਮੇਰੀ ਬੇਨਤੀ ਆ ਵੀ ਗਰਾਊਂਡ ਦੇ ਵਿੱਚ ਜ਼ਰੂਰ ਪੁੱਜਦੀ ਕਰ ਦੇਣ ਸਾਰੇ ਮੇਰੇ ਵੀਰਾਂ ਨੂੰ ਜਿਹਨਾਂ ਦੀ ਡਿਊਟੀ ਹੈ, ਇੱਕ ਮੇਰਾ ਵੀਰ ਗਰਾਊਂਡ ਦੇ ਵਿੱਚ ਜ਼ਰੂਰ ਮੂੰਹ ਸਮਰੇ ਪਹੁੰਚਦੇ ਕਰ ਦੇ। ਇੱਕ ਪਾਸੇ ਸ਼ਹੀਦ ਭਗਤ ਸਿੰਘ ਕਮੇਟੀ ਦੇ ਵੱਲੋਂ ਸਪੌਂਸਰ ਕੀਤੀ ਹੋਈ ਟੀਮ ਮੌਲੀ ਦੀ ਤੇ ਦੂਜੇ ਪਾਸੇ ਬਾਬਾ ਮੋਨੀ ਜੀ ਦੀ ਯਾਦ ਵਿੱਚ ਬਣੀ ਹੋਈ ਟੀਮ ਪਾਂਡਵਾ ਲਾਗਲਾ ਪਿੰਡਾ ਬੂਟੇ ਉਹਨਾਂ ਨੇ ਟੀਮ ਬਣਾਈ ਹੈ। ਇੱਧਰ ਇੰਦਰਪਾਲ ਬਾਜਵਾ ਜੰਡ ਕੋਚ ਹੈ ਤੇ ਲੱਖਣ ਕੇ ਵੱਡੇ ਵਾਲਾ ਚਾਚਾ ਇਹਨਾਂ ਦੀ ਜੋਤ ਅਗਵਾਈ ਦੇ ਵਿੱਚ ਟੀਮ ਜਿਹੜੀ ਤਿਆਰ ਹੋਈ ਹੈ। ਦੋਨੋਂ ਟੀਮਾਂ ਦੇ ਵਿੱਚ ਕਹਿੰਦੇ ਸੁਪਰ ਸਟਾਰ ਨੇ ਤੇ ਯਾਰ ਤੇਰਾ ਸੁਪਰ ਸਟਾਰ ਦੇਸੀ ਕਲਾਕਾਰ ਐਨ ਸਿਰੇ ਦੀ ਖੇਡ ਮੇਰੇ ਵੀਰੋ ਖੇਡੀ ਜਾਣੀ ਹੈ। ਪੰਜਾਬੀਆਂ ਦੀ ਦੇਸੀ ਖੇਡ ਹੈ ਜਿਹੜੀ ਅੱਜ ਕਰੋੜਾਂ ਦੀ ਹੋ ਗਈ ਹੈ। ਐਨ ਮੇਰੇ ਵੀਰੋ ਇਕੱਲੇ ਇਕੱਲੇ ਖਿਡਾਰੀ ਦੀ ਕਹਿੰਦੇ ਖੇਡ ਹੈ ਜਿਹੜੀ ਉਹ ਵੇਖਣ ਵਾਲੀ ਹੋਣੀ ਹੈ ਕਿ ਸਾਨਾਂ ਦੀਆਂ ਟੱਕਰਾਂ ਜੇ ਵੇਖਣੀਆਂ ਬਹਿ ਜਾਓ ਲੋਕੋ ਲਾਈਨ ਛੱਡ ਕੇ, ਸਾਨਾਂ ਦੀਆਂ ਟੱਕਰਾਂ ਜੇ ਵੇਖਣੀਆਂ ਬਹਿ ਜਾਓ ਲੋਕੋ ਲਾਈਨ ਛੱਡ ਕੇ। ਆਪੋ ਆਪਣੇ ਪਿੰਡਾਂ ਨੂੰ ਮਸ਼ਹੂਰ ਕੀਤਾ ਇਹਨਾਂ ਖਿਡਾਰੀਆਂ ਨੇ ਤੇ ਹੁਣ ਕਹਿੰਦੇ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਏ ਤੇ ਅੱਜ ਕੱਲ੍ਹ ਪੰਜਾਬ ਇੰਡੀਆ ਦੀ ਗੱਲ ਹੋ ਰਹੀ ਹੈ। ਆਪੋ ਆਪਣੀਆਂ ਕਲੱਬਾਂ ਦੇ ਲਈ ਖੇਡ ਰਹੇ ਹੈ। ਲੈ ਵੀ ਕੁਲਜੀਤਿਆ ਹੱਥ ਖੜਾ ਕਰੀ ਨੇ ਨੌਜਵਾਨਾਂ, ਇਹ ਕੁਲਜੀਤਾ ਇੱਕ ਵਾਰੀ ਤਾੜੀ ਮਾਰਦੇ ਉਸ ਬੱਬਰ ਸ਼ੇਰ ਦੇ ਨਾਂ ਤੇ। ਇਹ ਉਹ ਜੱਟ ਹੈ ਜਿਹੜਾ ਸੁਬਾਹ ਕਬੱਡੀਆਂ ਪਾਉਣ ਲੱਗ ਜਾਂਦਾ ਸੀ ਤੇ ਸ਼ਾਮ ਤੱਕ ਜਦੋਂ ਫਾਈਨਲ ਹਿੱਸਾ ਆਉਂਦਾ ਉਦੋਂ ਤੱਕ ਪਾਉਂਦਾ ਹੀ ਰਹਿੰਦਾ ਸੀ। ਇੰਦਰਪਾਲ ਦੇ ਨਾਲ ਖੇਡਿਆ। ਲੈ ਵੀ ਕੁਲਜੀਤਿਆ ਸਾਰੇ ਦਰਸ਼ਕ ਵੀਰਾਂ ਵੱਲੋਂ ਤੇਰੇ ਲਈ ਗੁੱਡ ਵਿਸ਼ਿਸ਼ ਹੈ। ਇਸ ਸੀਜ਼ਨ ਦੇ ਵਿੱਚ ਵੀ ਉਹੀ ਕਬੱਡੀਆਂ ਪਾ ਕੇ ਦਿਖਾਉਣੀਆਂ ਨੌਜਵਾਨਾਂ, ਇਹਨਾਂ ਲੋਕਾਂ ਨੂੰ ਤੇਰੇ ਤੋਂ ਬਹੁਤ ਵੱਡੀਆਂ ਉਮੀਦਾਂ ਨੇ। ਕਬੱਡੀ ਦੇ ਦਰਸ਼ਕ ਆ ਜਿਹੜੇ ਤੈਨੂੰ ਬਹੁਤ ਪਿਆਰ ਕਰਦੇ ਆ। ਇਹ ਇਲਾਕਾ ਜਿਹੜਾ ਇਹ ਕਬੱਡੀ ਨੂੰ ਬਹੁਤ ਪਿਆਰ ਕਰਦਾ। ਇਸ ਇਲਾਕੇ ਦੇ ਪ੍ਰਮੋਟਰ ਬਹੁਤ ਹੈ, ਇਸ ਇਲਾਕੇ ਦੇ ਖਿਡਾਰੀ ਬਹੁਤ ਹੈ। ਆਓ ਇਸ ਇਲਾਕੇ ਦੇ ਵਿੱਚ ਵੱਡੇ ਜਿਹੜੇ ਟੂਰਨਾਮੈਂਟ ਕਰਵਾਏ ਜਾਂਦੇ ਆ। ਇੱਧਰ ਮੇਰੇ ਮਿੱਤਰ ਸੁਲੱਖਣ ਸਿੰਘ ਉਹਨਾਂ ਨੂੰ ਇਹਨਾਂ ਦੀ ਕਲੱਬ ਨੂੰ ਮੁਬਾਰਕਬਾਦ ਹੈ। ਸਰਦਾਰ ਬਿੰਦਰ ਸਿੰਘ ਜੀ ਦੁਸਾਂਝ, ਸਰਦਾਰ ਲਹਿੰਬਰ ਸਿੰਘ ਜੀ ਪਿੰਦਰ ਦੇ ਫੁੱਫੜ ਜੀ, ਪਿੰਦਰ ਯੂਕੇ ਦੇ ਫੁੱਫੜ ਜੀ ਨੇ ਮੌਲੀ ਦੀ ਟੀਮ ਦੇ ਲਈ ਇਹ 500 ਦਾ ਜਿਹੜਾ ਸਪੈਸ਼ਲ ਪ੍ਰਾਈਜ਼ ਉਹਨਾਂ ਵੱਲੋਂ ਆਇਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਓ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰੋ। ਬਾਬਾ ਮੋਨੀ ਜੀ ਕਲੱਬ ਪਾਂਡਵਾ ਦੀ ਟੀਮ ਕਹਿੰਦੇ ਸਾਹਮਣੇ ਪਿੰਡ ਵਾਲੀ ਸਾਈਡ ਹੈ ਤੇ ਦੂਜੇ ਪਾਸੇ ਆਪਾਂ ਵੇਖੀਏ ਖੇਡ ਮੈਦਾਨ ਦੇ ਵਿੱਚ ਮੌਲੀ ਦੀ ਟੀਮ ਮੇਰੇ ਵੀਰੋ ਖੇਡ ਰਹੀ ਹੈ। ਲਓ ਮੌਲੀ ਦੀ ਟੀਮ ਵੱਲੋਂ ਪਹਿਲੀ ਕਬੱਡੀ ਕਹਿੰਦੇ ਫਤਿਹਗੜ੍ਹ ਛੰਨਾ ਪਿੰਡ ਜ਼ਿਲ੍ਹੇ ਪਟਿਆਲੇ ਦਾ ਹੈ, ਇਹ ਹੈ ਸੋਨੀ ਫਤਿਹਗੜ੍ਹ। ਆਓ ਪੱਲੇ ਪੱਲੇ ਹੋ ਗਈ ਮਿੱਤਰੋ। ਇੱਕ ਪਾਸੇ ਕਹਿੰਦੇ ਟਿੱਬੇ ਵਾਲਾ ਕਮਲ ਹੈ, ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਪਾਊ ਕਿ ਨਹੀਂ ਇਹ ਸਮੇਂ ਦੀ ਗੱਲ ਹੈ। ਪਹਿਲਾ ਜੱਫਾ ਲੱਗਣਾ ਤੇ ਡੇਢ ਪੁਆਇੰਟ ਮੇਰੇ ਵੀਰੋ ਟੀਮ ਦੇ ਲਈ ਵੀ ਚੁਣਿਆ ਜਾਣਾ ਹੈ। ਵੇਖੋ ਖੇਡ ਮੈਦਾਨ ਦੇ ਵਿੱਚ ਕਮਲ, ਵਾਹ ਸੋਨੀ ਵੱਲੋਂ ਮੁੰਡੇ ਦੇ ਬ੍ਰਦਰ ਵੱਲੋਂ ਇਹ 100 ਰੁਪਈਆ। ਲੈ ਵੀ ਬਾਈ ਜੀ ਪੈਸੇ ਨਹੀਂ ਮੈਂ ਬੋਲਣੇ, ਹੁਣ ਸਵਾਦ ਲੈ ਲਓ ਕਬੱਡੀ ਦਾ, ਕਮੈਂਟਰੀ ਦਾ ਸਵਾਦ ਲੈ ਲਓ। ਜੇ ਪੈਸੇ ਦੇਣੇ ਆ ਨਾ ਤੇ ਨਾਲ ਦੀ ਨਾਲ ਸਿੱਧੇ ਦੇ ਦਿਆ ਕਰੋ, ਕਮੈਂਟਰੀ ਵਾਲੇ ਕੋਲ ਨਾ ਆਇਆ ਕਰੋ, ਕੋਈ ਸਵਾਦ ਨਾ ਖਰਾਬ ਕਰੋ ਆਪਣੇ, ਕਿਉਂਕਿ ਇਕੱਲੇ ਆਪਾਂ ਨਹੀਂ ਦੇਖ ਰਹੇ, ਇੰਦਰਪਾਲ ਪੂਰੀ ਦੁਨੀਆ ਦੇਖ ਰਹੀ ਹੈ ਇਸ ਮੇਲੇ ਨੂੰ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਇੱਕ ਪਾਸੇ ਮੋਨੋ ਉੱਡੋ ਵਾਲੀ ਆ, ਉਹ ਹੈ ਉੱਡਣਾ ਕਾਲੇ ਸਿੰਘਾਂ ਵਾਲਾ। ਉਹ ਮੌਲੀ ਵਾਲੇ ਤਾੜੀ ਮਾਰ ਦੋ, ਸਵਾਦ ਆਇਆ ਪਿਆ ਦੋਨੇ ਪਾਸਿਓਂ ਜੱਫਾ। ਆਹ ਮੈਚ ਦੇ ਵਿੱਚ ਵੀ ਉਹੀ ਸਥਿਤੀ ਹੈ ਕਿ ਰੇਟਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਕਣੀ ਹੈ, ਰੇਟਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਕਣੀ ਹੈ। ਇੱਕ ਇੱਕ ਕਬੱਡੀ ਕਹਿੰਦੇ ਵੇਖਣ ਯੋਗ ਹੈ, ਇੱਕ ਇੱਕ ਜੱਫੇ ਦਾ ਕਹਿੰਦੇ ਸਵਾਦ ਆਉਣਾ ਹੈ ਤੇ ਆਇਆ ਮੁੰਡਾ ਚੰਡੀਗੜ੍ਹੀਆ ਕਿ ਬਿਊਟੀ ਨੀ ਕੋਈ ਚੰਡੀਗੜ੍ਹ ਸ਼ਹਿਰ ਵਰਗੀ। ਆਓ ਵੇਖੋ ਮੇਰੇ ਵੀਰੋ ਇਹ ਚੰਡੀਗੜ੍ਹੀਆ ਉਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਇਹ ਮਨਾਣੇ ਵਾਲਾ ਕੁਲਵੀਰ ਸਿੰਘ ਖੇਡਿਆ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ। ਆਓ ਵੇਖੋ ਮੰਗਾ ਰੋੜਕੀ ਵਾਲਾ ਕਹਿੰਦੇ ਗੋਗੋ ਦਾ ਛੋਟਾ ਵੀਰ ਇਸ ਵੇਲੇ ਟਰਾਈ ਕਰਦਾ ਹੈ ਪਰ ਦਲਵੀਰ ਮਨਾਣੇ ਵਾਲਾ ਇਸ ਵੇਲੇ ਕਬੱਡੀ ਪਾ ਕੇ ਪਹੁੰਚ ਲੈ ਕੇ ਵਾਪਸ ਜਾਂਦਾ ਹੋਇਆ। ਸਰਦਾਰ ਲਹਿੰਬਰ ਸਿੰਘ ਜੀ, ਸਰਦਾਰ ਬਿੰਦਰ ਸਿੰਘ ਜੀ ਵਿਸ਼ਾਲ
ਪਿੰਡਰ ਜੂਕੇ ਦੇ ਕਹਿੰਦੇ ਫੁੱਫੜ ਜੀ ਹੈ ਦਲਵੀਰ ਟੀਮ ਦੇ ਲਈ ਪੰਜ ਦਲਵੀਰ ਦੇ ਲਈ 500 ਰੁਪਏ ਦਾ ਮਾਨ ਸਨਮਾਨ ਜਿਹੜਾ ਹੈ ਉਹ ਕੋਈ ਨਾ ਕਰਦੇ ਆ ਬਹੁਤ ਧੰਨਵਾਦ ਕਰਦੇ ਆ ਇਹ ਅੰਗਰੇਜ਼ ਖੀਰਾਂ ਵਾਲੀ ਆ ਕਾਨਕੜ ਸਾਹਿਬ ਠੋਕ ਵਜਾ ਕੇ ਫੈਸਲਾ ਕਰਨਾ ਹੈ ਮੌਲੀ ਦੀ ਟੀਮ ਨੂੰ 500 ਹੈ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਕਹਿੰਦੇ ਫੌਜੀ ਸ਼ਾਮ 84 ਵਾਲਾ ਤੇ ਢੰਡਾ ਮੁੱਲੇ ਵਾਲੀ ਹੈ ਮੁੱਲੇ ਵਾਲ ਖੇਰ ਪਿੰਡਾਂ ਦੇ ਵੀਰੋ ਨਾਲ ਮੁੱਲੇ ਵਾਲ ਬ੍ਰਾਹਮਣ ਹੈ ਇਹ ਪ੍ਰਸਿੱਧ ਨਗਰ ਨੇ ਲਓ ਫੌਜੀ ਸ਼ਾਮ 84 ਵਾਲਾ ਇਸ ਲਈ ਕਬੱਡੀ ਪਾ ਕੇ ਭਾੜ ਲੱਗੇ ਵਾਪਸ ਜਾਣਾ ਹੋਇਆ ਚੱਲ ਵੀ ਤੀਪਿਆ ਬੱਲਾ ਮਾਰਿਆ ਪਾ ਕਬੱਡੀ ਤੈਨੂੰ ਇੱਕ ਕੰਨੀ ਤੇ ਉੱਡਣਾ ਕਾਲੇ ਸੰਘੇ ਵਾਲਾ ਦੀਖਦਾ ਹੈ ਹਰੇ ਰੰਗ ਦੀ ਨਿੱਕਰ ਦੇ ਵਿੱਚ ਸੁਪਿੰਦਰ ਮਨਾਣੇ ਵਾਲਾ ਦੀਖਦਾ ਹੈ ਵਿਚਕਾਰ ਤੀਰਥ ਦੇ ਪੰਮਾ ਹੈ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਸੁਪਿੰਦਰ ਮਨਾਣਾ ਤੇ ਦੀਪਾ ਬੱਲਾ ਵਾਲਾ ਕਦੇ ਗੁੱਟ ਫੜਦਾ ਕਦੇ ਗਿੱਟਾ ਆਓ ਵਾ ਜਾਂਦਾ ਸਵਾਦ ਦੀ ਖੇਡ ਹੈ 20-25 ਅੱਧੇ ਮੋਟਰਸਾਈਕਲ ਅੱਜ ਕਿਸੇ ਗੱਲ ਨੂੰ ਜਿੱਤੇ ਜਾਣੇ ਹੈ ਪਿੰਡ ਸੱਪ ਦੀ ਸਰੀ ਤੇ ਨੋਟ ਚੁੱਕਣੇ ਸੌਖੀ ਨੀ ਕਬੱਡੀ ਖੇਡਣੀ ਉਹ ਗੱਲ ਹੋਈ ਪਈ ਹੈ ਤੇ ਉੱਧਰ ਕਹਿੰਦੇ ਅਮਰੀਕਾ ਦੇ ਵਿੱਚ ਵੀ ਅੱਜ ਜਿਹੜਾ ਅਮਰੀਕਾ ਦਾ ਸਭ ਤੋਂ ਟੌਪ ਦਾ ਮੈਚ ਮੇਰੇ ਵੀਰੋ ਖੇਡਿਆ ਜਾਣਾ ਹੈ ਲਓ ਵੇਖਣਾ ਸੀਪਾ ਵੀਰ ਪਿੰਡੀਆ ਇਸ ਵੇਲੇ ਕਬੱਡੀ ਪਾ ਕੇ ਮੇਰੇ ਵੀਰੋ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਨੌਜਵਾਨ ਵੀਰ ਪਿੰਡ ਵਾਲਾ ਸੀਪਾ ਦੋ ਏਰੀਆ ਟੀਮ ਨੇ ਇੰਦਰਪਾਲ ਕਹਿੰਦਾ ਵੀ ਦੋ ਕੱਪ ਹੋਇਆ ਤੇ ਦੋਨੇ ਹੀ ਜਿਹੜੇ ਚੱਕ ਲਏ ਹੈ ਉਦੋਂ ਪਾਲਾ ਹੈ ਨਹੀਂ ਸੀ ਤੇ ਹੁਣ ਪਾਲਾ ਵੀ ਆ ਗਿਆ ਬਲਜੀਤ ਸਿੰਘ ਉਹਨਾਂ ਨੇ ਫੇਸਬੁੱਕ ਤੇ ਅਪਡੇਟ ਕੀਤੀ ਹੈ ਬਲਜੀਤ ਸਿੰਘ ਸੰਧੂ ਉਹਨਾਂ ਨੇ ਰੁੜਕੇ ਦੇ ਸੰਧੂ ਭਰਾਵਾਂ ਦਾ ਵੱਡਾ ਨਾਮ ਹੈ ਅਮਰੀਕਾ ਦੇ ਵਿੱਚ ਮੇਰੇ ਵੀਰੋ ਆਓ ਵੇਖੋ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਇੱਕ ਕੰਨੀ ਤੇ ਕਹਿੰਦੇ ਨੌਜਵਾਨ ਨੇ ਕੋਸ਼ਿਸ਼ ਕੀਤੀ ਆ ਪੰਮਾ ਬੰਸੀਆਂ ਵਾਲਾ ਇਹ ਫਤਿਹਪੁਰੀਆ ਪੰਮਾ ਮੀਰੀ ਪੀੜੀ ਕਲੱਬ ਵਾਲੇ ਪੁੱਜੇ ਹੋਏ ਹੈ ਲਓ ਪੰਮੇ ਦਾ ਜੱਫਾ ਇੱਕ ਵਾਰੀ ਤਾੜੀ ਟਿਕਾ ਕੇ ਮਾਰਦੇ ਰਾਜੇ ਨੂੰ ਲਾਇਆ ਜੱਫਾ ਹਾਂ ਸਵਾਦ ਆਇਆ ਪਿਆ ਸੁਲੱਖਣ ਸਿਆ ਜਿਹੜਾ ਤੁਹਾਡਾ ਮੇਲਾ ਨਾ ਤੁਸੀਂ ਸਮੇਂ ਦੇ ਸਤਾਰ ਖੜਾਉਂਦੇ ਹੋ ਜਦੋਂ ਵੀ ਟੂਰਨਾਮੈਂਟ ਹੋਇਆ ਮੌਲੀ ਦੇ ਵਿੱਚ ਤੇ ਸੁਲੱਖਣ ਉਹਨਾਂ ਨੇ ਤੇ ਉਹਨਾਂ ਦੀ ਸਾਰੀ ਕਲੱਬ ਨੇ ਜਿਹੜੇ ਸਮੇਂ ਦੇ ਸਤਾਰ ਖੜਾਏ ਆ ਮੇਰੇ ਵੀਰੋ ਸਮੇਂ ਤੇ ਜਿਹੜੇ ਸਤਾਰ ਰਹੇ ਨੇ ਇਸ ਖੇਡ ਮੈਦਾਨ ਅੰਦਰ ਖੇਡੇ ਹੈ ਔਰ ਇੱਕ ਪਾਸੇ ਨਾਨਕ ਤੇ ਦੂਜੇ ਪਾਸੇ ਲੱਕੀ ਨਸਰਾਣੇ ਵਾਲਾ ਮੇਰੇ ਵੀਰੋ ਕਬੱਡੀ ਪਾ ਕੇ ਪਹਾੜ ਲੈ ਕੇ ਵਾਪਸ ਜਾਂਦਾ ਹੋਇਆ ਜਿਹਨੂੰ ਜਿਹਨੂੰ ਅੱਜ ਮੌਲੀ ਦੇ ਟੂਰਨਾਮੈਂਟ ਦਾ ਦਿਲੋਂ ਸਵਾਦ ਆਇਆ ਉਹ ਇੱਕ ਵਾਰੀ ਤਾੜੀ ਜ਼ਰੂਰ ਮਾਰ ਕੇ ਦੱਸ ਦਿਓ ਮੇਰੇ ਵੀਰੋ ਬੇਨਤੀ ਦਰਸ਼ਕ ਵੀਰਾਂ ਵੱਲੋਂ ਇਹ ਹੈ ਵੀ ਜਿਹੜੇ ਖਿਡਾਰੀ ਨਹੀਂ ਖੇਡ ਰਹੇ ਉਹ ਪਲੀਜ਼ ਇੱਕ ਸਾਈਡ ਤੇ ਹੋ ਕੇ ਜ਼ਰੂਰ ਬੈਠ ਜਾਣ ਤਾਂ ਕਿ ਸਵਾਦ ਲੈ ਲੈਣ ਕਿਉਂਕਿ ਇਸ ਤੋਂ ਬਾਅਦ ਫਰਾਲੇ ਵਾਲੇ ਗੱਲਾਂ ਹੋਣਗੀਆਂ ਸੱਥਾਂ ਦੇ ਵਿੱਚ ਅੱਜ ਦੇ ਮੇਲੇ ਦੀਆਂ ਵੀ ਮੌਲੀ ਦੇ ਵਿੱਚ ਜਿਹੜੇ ਮੈਚ ਹੈ ਉਹ ਐਨ ਸਿਰੇ ਤੇ ਖੇਡੇ ਗਏ ਲਓ ਵੇਖਣਾ ਖੇਡ ਮੈਦਾਨ ਵਿੱਚ ਇਹ ਸਾਮੀ ਖੀਰਾਂ ਵਾਲੀ ਆ ਕਬੱਡੀ ਪਾ ਕੇ ਪਹਾੜ ਲੈ ਕੇ ਵਾਪਸ ਜਾਂਦਾ ਹੋਇਆ ਇਹ ਸੋਨੀ ਆ ਮੇਰੇ ਵੀਰੋ ਸੁਖਿੰਦਰ ਸਿੰਘ ਸੋਨੀ ਦੀ ਜੋੜੀ ਕਹਿੰਦੇ ਲੱਲੀਆਂ ਦੇ ਸੰਦੀਪ ਦੇ ਨਾਲ ਦੁਨੀਆਂ ਦੇ ਵਿੱਚ ਪ੍ਰਸਿੱਧ ਰਹੀ ਹੈ ਮੇਰੇ ਵੀਰੋ ਆਓ ਇਸ ਵੇਲੇ ਸੋਨੀ ਫਤਿਹਗੜ੍ਹ ਛੰਨਾ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਤੇ ਸੋਨੀ ਸਰੇਤ ਨੂੰ ਕਹਿੰਦੇ ਦੁਨੀਆਂ ਚੀਨ ਦੀ ਕੰਧ ਦੇ ਤੌਰ ਤੇ ਜਾਣਦੀ ਹੈ ਲਓ ਵੇਖਣਾ ਇਸ ਵੇਲੇ ਕਬੱਡੀ 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 ਵਾਹ ਸੋਨੀ ਨੇ ਪੁਆਇੰਟ ਜਿਹੜਾ ਭਿੰਦੇ ਮੂਲੇ ਵਾਲ ਖਹਿਰਿਆਂ ਵਾਲੇ ਤੋਂ ਪ੍ਰਾਪਤ ਕੀਤਾ ਵੀਰੋ ਬੈਠ ਜਾਓ ਬੇਨਤੀ ਹੈ ਵਾਰ ਵਾਰ ਕਹਿੰਦੇ ਆਪਾਂ ਚੰਗੇ ਨਹੀਂ ਲੱਗਦੇ ਜਿਹੜੇ ਨਹੀਂ ਖੇਡਦੇ ਦੋਨੋਂ ਟੀਮਾਂ ਦੇ ਖਿਡਾਰੀ ਉਹ ਪਲੀਜ਼ ਇੱਕ ਸਾਈਡ ਤੇ ਉੱਤੇ ਜ਼ਰੂਰ ਬੈਠ ਜਾਣ ਬੜੀ ਮਿਹਰਬਾਨੀ ਹੋਵੇਗੀ ਲਓ ਮੋਨੂ ਉੱਤੋਂ ਵਾਲੀ ਆ ਅਮੀਰ ਸ਼ਾਹ ਨਾ ਹੈ ਮੇਰੇ ਵੀਰੋ ਪਰ ਪਿਆਰ ਦੇ ਨਾਲ ਕਹਿੰਦੇ ਕਬੱਡੀ ਦੇ ਵਿੱਚ ਮੋਨੂ ਕਹਿੰਦੇ ਆ ਲਓ ਇੱਕ ਪਾਸੇ ਪੰਮਾ ਬੰਸੀਆਂ ਵਾਲਾ ਮਾਨ ਕਰਦਾ ਸਾਬੀ ਕੁਲਾਰ ਮੇਰੇ ਵੀਰੋ ਕੁਲਾਰਾ ਵਾਲਾ ਪਰ ਦੂਜੇ ਪਾਸੇ ਆਪਾਂ ਵੇਖੀਏ ਪੁਆਇੰਟ ਜਿਹੜਾ ਹੈ ਨੌਜਵਾਨ ਰੇਡਰ ਦੇ ਹਿੱਸੇ ਜਾ ਜਿਹੜਾ ਤਾਰਾ ਯੂਕੇ ਵੱਲੋਂ ਹਜ਼ਾਰ ਫੌਜੀ ਦੀਆਂ ਤਿੰਨ ਕਬੱਡੀਆਂ ਜਿਹੜੀਆਂ ਤਾਰਾ ਯੂਕੇ ਵੱਲੋਂ ਹਜ਼ਾਰ ਦੀਪੇ ਕੋਚ ਵੱਲੋਂ ਕਹਿੰਦੇ ਤੇ ਨਿੰਦਰ ਸਕਾਟਲੈਂਡ ਵੱਲੋਂ 1000 ਰੁਪਇਆ ਆਉਣਾ ਹੈ 2000 ਦੀਆਂ ਜਿਹੜੀਆਂ ਫੌਜੀ ਦੀਆਂ ਤਿੰਨ ਕਬੱਡੀਆਂ ਪੈਣਗੀਆਂ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੇ ਦਲਵੀਰ ਮਨਾਣੇ ਵਾਲਾ ਪਰ ਦੂਜੇ ਪਾਸੇ ਕਹਿੰਦੇ ਨਾਨਕ ਮੁੰਡੀ ਸ਼ਹਿਰੀਆਂ ਦਾ ਮੁਕਾਬਲਾ ਕਰਦਾ ਹੋਇਆ ਸਖਤ ਬੱਲੇ 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 ਹੋਈ ਪਈ ਮੇਰੇ ਵੀਰੋ ਵਾਹ ਦਲਵੀਰ ਵਾਹ ਦਲਵੀਰ ਇੱਕ ਵਾਰੀ ਤਾੜੀ ਮਾਰ ਦੋ ਜੇ ਪੁਆਇੰਟ ਦਾ ਸਵਾਦ ਆਇਆ ਮੇਰੇ ਵੀਰੋ ਲੈ ਵੀ ਰਾਜਾ ਤੇਰਾ ਦਲਵੀਰ ਆ ਨਾ ਜਿਹੜਾ ਲੈਂਬਰ ਸਿੰਘ ਜੀ ਕੁਲਿੰਦਰ ਸਿੰਘ ਯੂਕੇ ਦੇ ਫੁੱਫੜ ਜੀ ਹੈ ਦਲਵੀਰ ਦੇ ਲਈ 200 ਰੁਪਇਆ ਸੁਲੱਖਣ ਸਿੰਘ ਜੀ ਮਾਇਆ ਦੇ ਗੱਠੇ ਜਿਹੜੇ ਆਪ ਹੀ ਪੂਜੇ ਕਰਦੇ ਬੜੀ ਮਿਹਰਬਾਨੀ ਹੋਵੇਗੀ ਇਧਰ ਸੁੱਖੇ ਦੇ ਸੁੱਖੇ ਵੱਲੋਂ ਜੀਤਾ ਯੂਕੇ ਦੇ ਸੁੱਖੇ ਵੱਲੋਂ ਕਹਿੰਦੇ ਭਲਵਾਨ ਦੇ
200 ਦੇ ਨਾਲ ਮਾਨ ਕੀਤਾ ਜਾਣਾ, 1000 ਦੇ ਨਾਲ ਮਾਨ ਕੀਤਾ ਜਾਵੇਗਾ। ਲਓ ਇੱਕ ਪਾਸੇ ਤੀਰਥ ਹੇਰਾ ਵਾਲਾ ਤੇ ਦੂਜੇ ਪਾਸੇ ਮੇਰੇ ਵੀਰੇ ਅੰਗਰੇਜ਼ ਖੀਰਾ ਵਾਲੀਆ ਟੱਕਿਆ ਗਿਆ ਤੇ ਪੁਆਇੰਟ ਤੀਰਥ ਹੇਰਾ ਵਾਲੇ ਨੇ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਦਿੱਤਾ। ਇਹ ਪਹਿਲੀ ਕਬੱਡੀ ਆ 2000 ਦੀ। ਹੁਣ ਵੇਖਦਾ ਵੀ ਤਿੰਨ ਕਬੱਡੀਆਂ ਜਿਹੜੀਆਂ ਫੌਜੀ ਸ਼ਾਮ 84 ਵਾਲੇ ਦੀ ਹੈ ਮੇਰੇ ਵੀਰੋ 2000 ਦੀਆਂ ਪਹਿਣਗੀਆਂ। ਮੈਂ ਵੀ ਨਾਲ ਜਾਂਦਾ ਤੇ ਜੱਫਾ ਲਾਏਗਾ ਸਰਦਾਰ 200 ਦਿੱਤਾ ਜਾਣਾ ਵੀਰੋ, ਜਦੋਂ ਜੱਫਾ ਲਾ ਗਿਆ ਆਪਾਂ ਨਾਲ ਦੀ ਨਾਲ ਪੈਸੇ ਦੇ ਦਾਂਗੇ। ਲਓ ਵੇਖੋ ਫਿਰ ਮੈਦਾਨ ਦੇ ਵਿੱਚ 2000 ਕੋਲ ਸਾਹਿਬ 2000 ਰੁਪਇਆ ਜਿਹੜਾ ਹੈ ਇਹ ਮੁੰਡੇ ਨੇ ਪਹਿਲਾਂ 4 ਜੱਫੇ ਲਾ ਕੇ 5000 ਜਿੱਤਿਆ ਤੇ ਹੁਣ ਕਹਿੰਦੇ 2000 ਰੁਪਇਆ ਦੀਪਾ ਜੋ ਜੀ ਇਹ ਆਪਾਂ ਇਸ ਖਿਡਾਰੀ ਤੱਕ ਪੂਜਾ ਕਰ ਲਈਏ। ₹2000 ਦਾ ਜੱਫਾ ਲਾਇਆ ਕਮਲ ਟਿੱਬੇ ਵਾਲੇ ਨੇ ਮੇਰੇ ਵੀਰੋ, ਟਿੱਬੇ ਵਾਲੇ ਕਮਲ ਦੇ ਲਈ ਇੱਧਰ ਸਾਡੇ ਵੀਰ ਹੋਣੀ ਮੇਰਾ ਖਿਆਲ ਹੈ ਮਾਇਆ ਦੇ ਜੱਫੇ ਲੈ ਕੇ ਆ ਰਹੇ ਹੈ। ਬਹੁਤ ਬਹੁਤ ਧੰਨਵਾਦ ਹੈ। ਕਾਕਾ ਮੌਲੀ ਤਾਰਾ ਯੂਕੇ ਤੇ ਸ਼ੀਰੇ ਹੋਣਾ ਵੱਲੋਂ ਤੇ ਜਗਪਾਲਪੁਰ ਵਾਲੇ ਮੇਰੇ ਵੀਰੋ ਉਹਨਾਂ ਜੋਗਾ ਰਾਏਪੁਰੀਆ ਇਹਨਾਂ ਵੱਲੋਂ ਜਿਹੜੇ ਮਾਣ ਕੀਤੇ ਜਾ ਰਹੇ ਹੈ ਤੇ 2000 ਰੁਪਇਆ ਵੀ ਆਪਣਾ ਜਿਹੜਾ ਕਮਲ ਦਾ ਉਹ ਪਹੁੰਚਦਾ ਕਰ ਦਿਓ ਜੀ, ਬੜੀ ਮਿਹਰਬਾਨੀ ਹੋਵੇਗੀ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਕਬੱਡੀ ਇਸ ਨੌਜਵਾਨ ਦੀ ਪੈ ਚੁੱਕੀ ਹੈ। ਇਹ ਕੌਣ ਹੈ? ਇਹ ਸੀਪਾ ਵੀਰ ਪਿੰਡ ਵਾਲਾ। ਕਬੱਡੀ 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 ਕਰਦਾ ਹੋਇਆ ਤੇ 2 ਨੰਬਰ ਤੋਂ ਕਹਿੰਦੇ ਕਮਲ ਨੂੰ ਮੁਕਾਬਲਾ ਕਰਕੇ ਇਹ ਸੀਪਾ ਵੀਰ ਪਿੰਡ ਵਾਲਾ ਮੇਰੇ ਵੀਰੋ ਆਪਣੀ ਟੀਮ ਦੇ ਲਈ 1 ਲੱਖਾਂ ਜੇ ਪਾਉਣ ਦਾ ਵਾਅਦਾ ਕਰਦਾ ਹੋਇਆ। ਸਿਰੇ ਦਾ ਮੈਚ ਹੈ ਮੇਰੇ ਵੀਰੋ, ਐਨ ਪੌਣੇ 2 ਲੱਖ ਦਾ ਜਿਹੜਾ ਮੈਚ ਹੈ ਇਸ ਵੇਲੇ ਫਗਵਾੜੇ ਦੇ ਮੌਲੀ ਪਿੰਡ ਦੇ ਵਿੱਚ ਖੇਡਿਆ ਜਾ ਰਿਹਾ ਹੈ। ਪੂਰੀ ਦੁਨੀਆ ਦੇਖ ਰਹੀ ਹੈ, ਪੰਜਾਬ ਹਰਿਆਣੇ ਦੇ ਦਰਸ਼ਕ ਜਿਹੜੇ ਉਹ ਵੀ ਜੁੜੇ ਹੋਏ ਨੇ 365 ਦੇ ਤੇ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਸਾਡੇ ਵੀਰ ਇਸ ਮੈਚ ਦਾ ਕਬੱਡੀ 365.com ਦੇ ਜ਼ਰੀਏ ਆਨੰਦ ਮਾਣਦੇ ਆ। ਵੀ ਉੱਡਣਾ ਕਾਲੇ ਸਿੰਘੇ ਵਾਲਾ ਉੱਡ 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 ਕੇ ਜੱਫੇ ਲਾਉਂਦਾ। ਮੈਂ ਵੀ ਤਾਰੀ ਖੀਰਾਂ ਵਾਲੀ ਆ, ਦੇਖ ਜਿਹੜਾ ਨੌਜਵਾਨ ਤੇਰਾ ਸਾਥੀ ਖਿਡਾਰੀ ਇਸ ਵੇਲੇ ਉਧਰ ਉਧਰ ਬੋਪਾ ਯੂਕੇ ਵੱਲੋਂ ਵੀ ਮਾਇਆ ਦੇ ਗੱਫੇ ਜੀਤੇ ਉਹਨਾਂ ਵੱਲੋਂ ਇਸ ਨੌਜਵਾਨ ਦੇ ਲਈ ਪੂਜੇ ਕੀਤੇ ਜਾ ਰਹੇ ਆ। ਬਹੁਤ ਬਹੁਤ ਧੰਨਵਾਦ ਹੈ। ਲਓ ਖੇਡ ਮੈਦਾਨ ਦੇ ਵਿੱਚ ਉੱਡਣਾ ਕਾਲੇ ਸਿੰਘੇ ਵਾਲਾ, ਇਹ ਨਸਰਾਲੇ ਵਾਲਾ ਮੇਰੇ ਵੀਰੋ, ਲੱਕੀ ਨਸਰਾਲੇ ਦੀ ਧਰਤੀ ਦਾ ਇੱਕ ਕੁਰਾਲੀ ਵਾਲਾ ਲੱਕੀ ਮੇਰੇ ਵੀਰੋ ਖੇਡਿਆ ਆਜ਼ਾਦ ਕਬੱਡੀ ਕਲੱਬ ਅਦਾਰੇ ਮੁਖੇੜਿਆ ਵਾਲੇ ਦੇ ਲਈ। ਲਓ ਵੇਖਣਾ ਖੇਡ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਇਸ ਵੇਲੇ ਲੱਕੀ ਨਸਰਾਲਾ ਤੇ ਦੂਜੇ ਪਾਸੇ ਕਹਿੰਦੇ ਕਮਲ ਟਿੱਬਿਆਂ ਵਾਲਾ ਹੈ। ਕਮਲ ਟਿੱਬਾ ਤੇ ਦੂਜੇ ਪਾਸੇ ਲੱਕੀ ਨਸਰਾਲਾ ਲੱਗਿਆ ਤੇ ਜ਼ੋਰ ਧਰਿਆ ਹੋਇਆ ਧਾਰ ਤੇ ਹੱਥ ਇਸੇ ਇਲਾਕੇ ਨੇ ਜੀਤੀ ਕੂਕਰ ਵਾਂਗੂ। ਪਰ ਵੇਖਣਾ ਵੀ ਪੁਆਇੰਟ ਜਿਹੜਾ ਉਹ ਧਾਵੀ ਦੇ ਹਿੱਸੇ ਜਾ ਜੁੜਿਆ, ਪੁਆਇੰਟ ਮੇਰੇ ਵੀਰ ਮੌਲੀ ਪਿੰਡ ਦੀ ਟੀਮ ਦੇ ਹਿੱਸੇ ਜਾ ਜੁੜਿਆ। ਇੱਕ ਇੱਕ ਕਬੱਡੀ ਦਾ ਸਵਾਦ ਆਉਣਾ ਦਰਸ਼ਕਾਂ ਨੂੰ, ਇਹਦੇ ਚੰਡ ਵੀ ਲਿਖ ਰਿਹਾ ਵੀ ਕਿਹਦੀਆਂ ਕਿੰਨੀਆਂ ਕਬੱਡੀਆਂ। ਲੈ ਵੀ ਕਿਸ਼ਨ ਪ੍ਰਿਆ ਅਮਨਿੰਦਰ ਵੀ ਪੁੱਜਿਆ ਉਧਰ ਭਲਵਾਨ ਦੇ ਜੱਫੇ ਤੇ ਸੁੱਖੇ ਵੱਲੋਂ ਕਹਿੰਦੇ 1000 ਦਿੱਤਾ ਜਾਣਾ ਜੀਤੇ ਯੂਕੇ ਵੱਲੋਂ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਇਹ ਆ ਤੀਰਥ ਹੇਰਾ ਵਾਲਾ ਤੇ ਦੂਜੇ ਪਾਸੇ ਖੀਰਾ ਵਾਲੀ ਆ ਸਾਮੀ। ਪੂਰੀ ਕੋਸ਼ਿਸ਼ ਤੇ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ, ਪੁਆਇੰਟ ਮੇਰੇ ਵੀਰੋ ਇਸ ਵੇਲੇ ਪਾਣਵਾਦੀ ਟੀਮ ਦੇ ਹਿੱਸੇ ਜਾ ਜੁੜਿਆ। ਕੋਈ ਵੀ ਮੇਰਾ ਵੀਰ ਰੇਡਰ ਹੈ ਨਾ ਜਿਹੜਾ ਉਹ ਪਾਣੀ ਨਾ ਲਾਵੇ ਮੇਰੇ ਵੀਰੋ, ਇਹ ਗੇਮ ਖੇਡਣੀ ਹੈ ਨਹੀਂ ਤੇ ਕਲੀ ਮਲੀ ਜਾਣੀ ਹੈ। ਕਲੀਤਾ ਵੇਖ ਜਿਹੜਾ ਨੌਜਵਾਨ ਹੈ ਇੱਧਰ ਸੋਨੀ ਕਬੱਡੀ ਪਾਉਂਦਾ ਹੋਇਆ ਫਤਿਹਗੜ੍ਹ ਛੰਨਾ ਪਿੰਡ ਦਾ, ਭਵਾਨੀਗੜ੍ਹ ਦੇ ਲਾਗੇ ਜ਼ਿਲ੍ਹੇ ਪਟਿਆਲੇ ਦੇ ਵਿੱਚ ਪਿੰਡ ਹੈ ਇਸ ਨੌਜਵਾਨ ਦਾ ਮੇਰੇ ਵੀਰੋ ਇਹ ਆਪਣੀ ਟੀਮ ਦੇ ਲਈ 1 ਲੱਖਾਂ ਜੇ ਪਾਉਣ ਦਾ ਹੋਰ ਵਾਅਦਾ ਕਰਦਾ ਹੋਇਆ। ਇੱਧਰ ਸਾਡਾ ਹੈਪੀ ਸਿੱਧੂ ਰਵਿੰਦਰ ਸਿੰਘ ਹੈਪੀ ਆ ਕਬੱਡੀ 365.com ਦਾ ਮਾਲਕ ਹੈ ਮੇਰੇ ਵੀਰੋ। ਪ੍ਰਦੀਪ ਹੋਣੀ ਅੱਜ ਸਿਹੋਰੇ ਦੇ ਵਿੱਚ ਲਾਈਵ ਕਰ ਰਹੇ ਹੈ ਤੇ ਅੱਜ ਹੈਪੀ ਕਹਿੰਦੇ ਇੱਥੇ ਪੁੱਜਿਆ ਹੋਇਆ ਮੇਰੇ ਵੀਰੋ। ਮੂੰਹ ਸਪਰੇ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪੁੱਜੀ ਕਰਿਓ ਜੀ, ਬੜੀ ਮਿਹਰਬਾਨੀ ਹੋਵੇਗੀ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਉੱਡਣਾ ਉੱਡਣਾ ਉੱਡ ਉੱਡ ਕੇ ਜੱਫੇ ਲਾਉਂਦਾ ਹੈ, ਉੱਡਣਾ ਉੱਡ ਉੱਡ ਕੇ ਜੱਫੇ ਲਾਉਂਦਾ ਹੈ, ਬਾਹੋ ਉੱਡਣਾ। ਮੈਂ ਪੁੱਛਿਆ ਵੀ ਉੱਡਣਿਆ ਨਾ ਕਿਵੇਂ ਪਿਆ ਉੱਡਣਾ, ਕਹਿੰਦਾ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀਗਾ ਨਾ ਸਕੂਲ ਦੇ ਵਿੱਚ ਖੇਡਦੇ ਸੀ ਤੇ ਮੈਂ ਜੱਫੇ ਪਹਿਲੇ ਦਿਨੇ ਕੋਈ ਜ਼ਿਆਦਾ ਲਾਉਂਦਾ ਸੀ, ਵਧੀਆ ਖੇਡਦਾ ਸੀ ਤੇ ਸਾਥੀ ਜਿਹੜੇ ਮੇਰੇ ਖਿਡਾਰੀ ਸੀ ਉਹ ਮੈਨੂੰ ਉੱਡਣਾ ਉੱਡਣਾ ਕਹਿਣ ਲੱਗ ਪਿਆ ਤੇ ਉਦੋਂ ਬਾਅਦ ਮੈਨੂੰ ਮਨਜਿੰਦਰ ਤਾਂ ਕਿਸੇ ਨੇ ਆਖਿਆ ਨਹੀਂ, ਕਬੱਡੀ ਦੇ ਗਰਾਊਂਡਾਂ ਦੇ ਵਿੱਚ ਮੈਨੂੰ ਉੱਡਣੇ ਦੇ ਨਾਂ ਦੇ ਨਾਲ ਹੀ ਜਾਣਿਆ ਜਾਂਦਾ ਹੈ। ਇਹ ਨਾਂ ਪ੍ਰਸਿੱਧ ਹੋ ਜਾਂਦੇ ਮੇਰੇ ਵੀਰੋ, ਕਿਸੇ ਨੂੰ ਐਟਮ ਦਾ ਨਾਂ, ਕਿਸੇ ਨੂੰ ਬੰਬ ਦਾ ਨਾਂ, ਕਿਸੇ ਨੂੰ ਕਹਿੰਦੇ ਉੱਡਣੇ ਦਾ ਨਾਂ, ਕਿਸੇ ਨੂੰ ਗਲੇਡੀਏਟਰ, ਕਿਸੇ ਨੂੰ ਕਿੰਗ ਦਾ ਨਾਂ ਤੇ ਕਿਸੇ ਨੂੰ ਕਲੋਜ਼ ਫਾਈਟਰ ਦਾ ਨਾਂ। ਇਹ ਦੁਨੀਆ ਦੇ ਵਿੱਚ ਜਿਹੜੇ ਆ ਨਾਂ ਮੇਰੇ ਵੀਰੋ ਉਹ ਪ੍ਰਸਿੱਧ ਹੋ ਜਾਂਦੇ ਆ। ਵੇਖੋ ਇਹ ਹੈ ਦਲਵੀਰ ਮਨਾਣੇ ਵਾਲਾ ਮੇਰੇ ਵੀਰੋ, ਉਹ ਧੰਦਾ ਮੂਲੇ
ਕਹਿੰਦਾ ਖਾਲਸਾ ਵਾਰੀਅਰਸ ਦੀ ਟੀਮ ਵੱਲੋਂ ਖੇਡਦਾ ਤੇ ਕਹਿੰਦਾ ਨਿੱਪਾ ਨੱਲ ਮਾਨਕਾ ਵੀ ਅੱਜ ਜਿਹੜਾ ਦਿੱਲੀ ਤੋਂ ਸਿੱਧਾ ਅਮਰੀਕਾ ਨੂੰ ਫਲਾਈਟ ਫੜ ਲਈ ਹੈ ਤੇ ਕੱਲ ਅਮਰੀਕਾ ਦਾ ਜਿਹੜਾ ਟੂਰਨਾਮੈਂਟ ਖੇਡੂ। ਲਓ ਵੇਖੋ ਮੇਰੇ ਵੀਰੋ ਇੱਧਰ ਕਬੱਡੀ ਨੌਜਵਾਨ ਅੰਗਰੇਜ਼ ਖੀਰਾ ਵਾਲੀ ਦੀ ਇਹ ਖੀਰਾ ਵਾਲੀ ਅੰਗਰੇਜ਼ ਮਲਕੀਤ ਸਿੰਘ ਅੰਗਰੇਜ਼ ਹਿੰਕਾ ਵਾਲੇ ਨੇ ਕਬੱਡੀ ਖੇਡੀ ਹੈ। ਅਮਰਿੰਦਰ ਕਿਸ਼ਨ ਪ੍ਰਿਆ ਜੱਫਾ ਲਾਓ ਤੇ ਹਜ਼ਾਰ ਦਿੱਤਾ ਜਾਣਾ ਮੌਲੀ ਵਾਲੇ ਸੁੱਖੇ ਵੱਲੋਂ। ਲਓ ਵੇਖੋ ਮੁਕਾਬਲਾ ਸਖ਼ਤ ਹੁੰਦਾ ਹੋਇਆ ਤੇ ਅੰਗਰੇਜ਼ ਖੀਰਾ ਵਾਲੀ ਕਬੱਡੀ ਪਾ ਕੇ ਮੇਰੇ ਵੀਰੋ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਸੀਪਾ ਕਹਿੰਦਾ ਵੀ ਥੋੜਾ ਵਿਚਕਾਰ ਨੂੰ ਆ ਜਾਓ ਪਰ ਮੰਗੇ ਨੇ ਕਹਿੰਦੇ ਪੱਟ ਦੇ ਬਾਹਰਲੇ ਪਾਸੇ ਚਾਰ ਤੇ ਪੰਜ ਥਾਪੀਆਂ ਮਾਰ ਦਿੱਤੀਆਂ ਰੁੜਕੀ ਵਾਲੇ ਗੋਗੋ ਦੇ ਵੀਰ ਨੇ। ਦੂਜੇ ਪਾਸੇ ਨਾਨਕ ਮੁੰਡੀ ਸ਼ਹਿਰੀਆਂ ਵਾਲਾ ਲਓ ਮੰਗਾ ਥੋੜੀ ਚੋਟ ਮਹਿਸੂਸ ਕਰਦਾ ਨੌਜਵਾਨ ਤੇ ਪੁਆਇੰਟ ਜਿਹੜਾ ਇਸ ਵੇਲੇ ਭਾਵੀ ਦੇ ਹਿੱਸੇ ਜਾ ਜੁੜਿਆ। ਬਾਬਾ ਮੇਹਰ ਕਰੇ ਜਿੰਨੇ ਵੀ ਖਿਡਾਰੀ ਇਹਨਾਂ ਖੇਡ ਮੈਦਾਨਾਂ ਵਿੱਚ ਆਉਂਦੇ ਆ ਸਾਰੇ ਖਿਡਾਰੀ ਹੱਸ ਕੇ ਖੇਡਦੇ ਜਾਣ ਕਿਸੇ ਵੀ ਖਿਡਾਰੀ ਦੇ ਸੱਟ ਨਾ ਲੱਗਣਾ ਥੋੜੀ ਨੱਕ ਤੇ ਸੱਟ ਲੱਗੀ ਹੈ ਕਿ ਪਹਿਲਾਂ ਨਾਂ ਲੈਂਦੇ ਪਰਮਾਤਮਾ ਦਾ ਫਿਰ ਵਰਦੇ ਗਰਾਊਂਡ ਦੇ ਵਿੱਚ ਲੋਕੋ ਪਹਿਲਾਂ ਨਾਂ ਲੈਂਦੇ ਪਰਮਾਤਮਾ ਦਾ ਫਿਰ ਵਰਦੇ ਗਰਾਊਂਡ ਦੇ ਵਿੱਚ ਲੋਕੋ ਖਾ ਖੁਰਾਕਾਂ ਕਰਕੇ ਮਿਹਨਤਾਂ ਕਰ ਲਏ ਗੇਲੀਆਂ ਦੇ ਵਰਗੇ ਪਾਸੋਂ ਲੋਕੋ ਢਿੱਲੋਂ ਦੁਆਏ ਰੱਬ ਤੋਂ ਸਦਾ ਮੰਗਦਾ ਏ ਕਦੇ ਵੱਜੇ ਨਾ ਖਿਡਾਰੀ ਦੇ ਸੱਟ ਲੋਕੋ ਕਦੇ ਵੱਜੇ ਨਾ ਖਿਡਾਰੀ ਦੇ ਸੱਟ ਲੋਕੋ ਕਦੇ ਵੀ ਕਿਸੇ ਖਿਡਾਰੀ ਦੇ ਸੱਟ ਨਾ ਵੱਜੇ। ਲਓ ਪਿੰਡਾ ਤੇ ਫੌਜੀ ਸ਼ਾਮ 84 ਵਾਲਾ ਇਸ ਵੇਲੇ ਕਬੱਡੀ ਪਾ ਕੇ ਮੇਰੇ ਵੀਰੋ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਨੌਜਵਾਨ ਸ਼ਾਮ 84 ਵਾਲਾ ਫੌਜੀ ਇਹ ਸਲਾਮੂ ਦਾ ਵੀਰ ਕਰਮਦੀਨ ਫੌਜੀ ਗੁੱਜਰ ਬਰਾਦਰੀ ਦਾ ਔਰ ਦੂਜੇ ਪਾਸੇ ਆਪਾਂ ਕਹਿੰਦੇ ਵੇਖੀਏ ਸ਼ਾਮੀ ਖੀਰਾਂ ਵਾਲੀ ਆ ਖੀਰਾਂ ਵਾਲੀ ਕਹਿੰਦੇ ਕਪੂਰਥਲੇ ਦੇ ਲਾਗੇ ਆ ਮੇਰੇ ਵੀਰੋ ਜਿਵੇਂ ਕਹਿੰਦੇ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਪਰ ਵੇਖੀਏ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇਲੇ ਮਨਜਿੰਦਰ ਸਿੰਘ ਉੱਡਣਾ ਮੈਂ ਵੀ ਚੌਲਾ ਵਾਲਿਆ ਵੇਖ ਜਿਹੜਾ ਨੌਜਵਾਨ ਤੂੰ ਵੀ ਜਫੇ ਲਾਇਆ ਇਸ ਸਾਲ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਤੀਰਥ ਚੌਲਾ ਵਾਲਾ ਵੀ ਕਹਿੰਦੇ ਪੁੱਜਾ ਹੋਇਆ ਉਹ ਵੀ ਫਗਵਾੜੇ ਦੇ ਏਰੀਏ ਦਾ ਮਹਾਨ ਕਬੱਡੀ ਖਿਡਾਰੀ ਹੈ ਜਿਸ ਨੌਜਵਾਨ ਨੇ ਇਸ ਸਾਲ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਤਕੜੇ ਜਫੇ ਲਾਏ ਆ ਪਰ ਦੂਸਰੇ ਪਾਸੇ ਆਪਾਂ ਵੇਖੀਏ ਅਗਲੀ ਰੇਟ ਜੀਤਾ ਦੋਪਾ ਇਹਨਾਂ ਵੀਰਾਂ ਵੱਲੋਂ ਆਏ ਮਾਇਆ ਦੇ ਗੱਫੇ ਜਿਹੜੇ ਲਓ ਲੱਕੀ ਨਸਰਾਲੇ ਵਾਲਾ ਮੇਰੇ ਵੀਰੋ ਲੱਕੀ ਨਸਰਾਲੇ ਦਾ ਕਬੱਡੀ ਕਬੱਡੀ ਕਰਦਾ ਹੋਇਆ ਹਲਕੀ ਉੱਡੀ ਹੋਈ ਮਾਂ ਮਿੱਟੀ ਦੀ ਧੂੜ ਹੈ ਤੇ ਜਾਫਿਆਂ ਦੀ ਇਹੋ ਕੋਸ਼ਿਸ਼ ਹੋਵੇਗੀ ਵੀ ਜੱਫਾ ਲਾਇਆ ਜਾਵੇ। ਸ਼ੁਰਲੀ ਨੇ ਕੋਸ਼ਿਸ਼ ਕੀਤੀ ਹੈ ਤੇ ਪੁਆਇੰਟ ਜਿਹੜਾ ਹੈ ਉਹ ਮੇਰੇ ਵੀਰੋ ਲੱਕੀ ਨਸਰਾਲੇ ਵਾਲੇ ਨੇ ਆਪਣੀ ਟੀਮ ਦੇ ਲਈ ਜੋੜਿਆ ਤੇ ਅਗਲੀ ਰੇਡ ਤਲਵੰਡੀ ਚੌਧਰੀਆ ਪਿੰਡ ਦਾ ਇਹ ਹੈ ਮੇਰੇ ਵੀਰੋ ਲੰਬੜ ਇੱਕ ਦਫ਼ਰ ਦਾ ਮਸ਼ਹੂਰ ਹੈ ਇੱਕ ਤੁਹਾਡੇ ਸਾਹਮਣੇ ਇਹ ਹੈ ਨੌਜਵਾਨ ਮੇਰੇ ਵੀਰੋ ਲੰਬੜ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਨੌਜਵਾਨ ਗੱਭਰੂ ਮੇਰੇ ਵੀਰੋ ਲੰਬੜ ਬਾਹਰਲੇ ਪਾਸੇ ਲਓ ਵੇਖੋ ਮੇਰੇ ਵੀਰੋ ਇੱਧਰ ਲੰਬੜ ਦੀ ਪਈ ਹੋਈ ਕਬੱਡੀ ਦੇ ਕਿਹਨੇ ਜੱਫਾ ਲਾਇਆ ਜੀ ਮਨਜਿੰਦਰ ਸਿੰਘ ਉੱਡਣਾ ਨਹੀਂ ਫੇਰਾ ਵਾਲਾ ਤੀਰਥ ਹੈ ਮੇਰੇ ਵੀਰੋ ਜਿਸ ਨੌਜਵਾਨ ਨੇ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਪੁਆਇੰਟ ਦਾ ਜਿਹੜਾ ਵਾਧਾ ਕਰ ਦਿੱਤਾ ਇਕੱਠ ਹੈ ਜਿੰਨਾ ਸਵੇਰੇ ਸੀ 2-3% ਜਿਹੜਾ ਉਹ ਇਕੱਠ ਘਟਿਆ ਹੋਣਾ ਇਹ ਕਬੱਡੀ ਨੂੰ ਪਿਆਰ ਕਰਨ ਵਾਲੇ ਕਬੱਡੀ ਨੂੰ ਚਾਹਣ ਵਾਲੇ ਦੂਰੋਂ ਨੇੜੇ ਚੱਲ ਕੇ ਆਏ ਹੋਏ ਆ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਕਿ ਕਦਮ ਸ਼ਹੀਦ ਭਗਤ ਸਿੰਘ ਸਪੋਰਟਸ ਕਮੇਟੀ ਦੇ ਸਿਰ ਮੱਥੇ ਹੈ ਗ੍ਰਾਮ ਪੰਚਾਇਤ ਦੇ ਸਿਰ ਮੱਥੇ ਹੈ ਐਨ ਆਰ ਆਈ ਵੀਰਾਂ ਦੇ ਸਿਰ ਮੱਥੇ ਹੈ ਜਿਹਨਾਂ ਨੇ ਅੱਜ ਮੌਲੀ ਦੇ ਵਿੱਚ ਪਹੁੰਚ ਗਏ ਇਹ ਰੌਣਕਾਂ ਦੇ ਵਿੱਚ ਵਾਧੇ ਕੀਤੇ ਹੈ ਤੇ ਦਲਵੀਰ ਮਨਾਣੇ ਵਾਲਾ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਮੌਲੀ ਦੀ ਟੀਮ ਲਈ ਇਹ ਨੌਜਵਾਨ ਵਾਪਸ ਜਾਂਦਾ ਹੋਇਆ ਮਨਾਣੇ ਵਾਲਾ ਦਲਵੀਰ ਅੱਠਵਾਂ ਸ਼ਾਨਦਾਰ ਕਬੱਡੀ ਦਾ ਟੂਰਨਾਮੈਂਟ ਮੌਲੀ ਫਗਵਾੜੇ ਦੇ ਵਿੱਚ ਖੇਡਿਆ ਜਾ ਰਿਹਾ ਹੈ ਤੇ ਸਿਰੇ ਦੇ ਮੈਚ ਸਵੇਰ ਤੋਂ ਲੈ ਕੇ ਖੇਡੇ ਗਏ ਹੈ ਤੇ ਹੁਣ ਕਹਿੰਦੇ ਫਾਈਨਲ ਮੈਚ ਚੱਲ ਰਿਹਾ ਹੈ 8:17 ਦਾ ਸਮਾਂ ਹੋ ਚੁੱਕਿਆ ਹੈ ਉਹ ਵੇਖੋ ਮਨਿੰਦਰ ਕਿਸ਼ਨ ਪ੍ਰਿਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੂਰੀ ਕੋਸ਼ਿਸ਼ ਕਰਦਾ ਹੋਇਆ ਜੱਫਾ ਲਾਉਣ ਦੀ ਤੇ ਪੁਆਇੰਟ ਅੰਗਰੇਜ਼ ਖੀਰਾ ਵਾਲੀ ਆ ਮੇਰੇ ਵੀਰੋ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਇੱਕ ਪਾਸੇ ਕੁਲਜੀਤਾ ਵੰਸੀਆਂ ਵਾਲਾ ਬੂਟੇ ਹੋਣੀ ਮੇਰੇ ਵੀਰੋ ਆਪਣੀ ਟੀਮ ਨੂੰ ਲੈ ਕੇ ਪੁੱਜੇ ਹੋਏ ਆ ਤੇ ਦੂਜੇ ਪਾਸੇ ਕਹਿੰਦੇ ਇੰਦਰਪਾਲ ਬਾਜਵਾ ਚਾਚਾ ਲੱਖਣ ਕੇ ਵੱਡੇ ਵਾਲਾ ਤੇ ਜੰਡ ਹੋਣੀ ਅਜਿਹੇ ਤੌਰ ਤੇ ਆਪਣੀ ਟੀਮ ਨੂੰ ਲੈ ਕੇ ਪੁੱਜੇ ਹੋਏ ਆ ਬਹੁਤ ਤਕੜਾ ਮੁਕਾਬਲਾ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ। ਆਰ ਕੇ ਡਿਜੀਟਲ ਸਟੂਡੀਓ ਦਾ ਸਾਊਂਡ ਵਾਲੇ ਬਾਈ ਦਾ ਬਹੁਤ ਬਹੁਤ ਧੰਨਵਾਦ ਹੈ ਸਿਰੇ ਦੇ ਮੈਚ ਹੈ ਸਿਰੇ ਦਾ ਪ੍ਰਬੰਧ ਹੈ ਤੇ ਐਨ ਜਿਵੇਂ ਕਹਿੰਦੇ ਹੁੰਦੇ ਕਿ ਮੌਲੀ ਪਿੰਡ ਦੇ ਮੁੰਡੇ ਵੇਖ ਲਓ ਮੁੰਡੇ ਸ਼ੌਕ ਪਵਾਉਂਦੇ ਨੇ ਦਸਾਂ ਨੋਹਾਂ ਦੀ ਕਿਰਤ ਕਮਾਈ ਖੇਡਾਂ ਉੱਪਰ ਲਾਉਂਦੇ ਨੇ ਖਰੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ
सच्चे सज्जन मिलते जफ्फिया पाके आओ जाता दीपा बल्ला वाला अपनी टीम के लिए मेरे वीरो एक लखां जे पॉइंट का वादा करता है। एक एक पॉइंट दोनों टीमों कीमती है क्योंकि 58 का प्राइज है तो मोटरसाइकलों के फैसले होणगे मेरे वीरो कि पिंडे निश्कण मुंडिया के जवानी ओडी ओडी करती जां जिवें झट है चीते की रेड वांग हिरनो डारी भरती फैसले होंगे हजारों के हजारों नाल मोटरसाइकिल मिल गए रशीन वाले कालियावे उनके अरमान पूरे सब दिल दे उनके अरमान पूरे सब दिल दे लतंदा मूले वाल खहरिया का ला तगड़ा जत्था अपनी टीम के लिए एक लखां जे पॉइंट का वाधा करना है मूले वाली जीते तो दो यूके वालों 200 दे दो जी वीर जी नाल दी नाल ही पैसे है जेहड़े ना प्लीज पहुंचे कर दे लिया भी सुख है हजार है अमरिंदर भलवान के जफे भलवान लखन के बड़िया वाले जफे का एक हजार दिता जाना है। लो इधर खेल मैदान मेरे वीर सामी खीरा वाली रेटरा जाफी कहते तीर्थ हेरा वाला मेरे वीर नकोदर के लागे हेरा पिंड है शिरे जसवीर का पिंड पहुंचे है तो मेरे वीर इस वे पॉइंट तीर्थ हेरा वाला काके दे मामा जी तारा जी यूके तो सॉरी जगपालपुर वाले काके दे मामा जी तारा जी मेरे वीरो जगपालपुर वाले 500 रुपया मौली की टीम के लिए पूजा करते हैं जगपालपुर वाले जिंदर यूके पे काकू यूके वालों 200 रुपया मौली की टीम के लिए आया जी वो माया के गफे जो सामभ लो चाचा जी वो पैसे जो सामी आए हो बड़ी मेहरबानी है। लो देखो खेल मैदान मेरे वीर कबड्डी इस नौजवान की पै चुकी है हूँ कहते प्यार पम्मा पंसिया वाला कोई कुलारा वाला कहते कोई फतेहपुरी कहता है प्रसिद्धि है इस नौजवान की भी बड़ी मांग हो रही है पंजाब दिया वक्रो वक्रिया अकैडमीज वालों भी ये साड़ी टीम वालों खेडे ये साड़ी टीम वालों खेडे तो समय दसो भी कि टीम वालों ये नौजवान खेल रहा है मैं भी सलखना है वेला पूरा ऐन भर जोवन पे है बहुत वधिया प्रबंध किया गया तुहाडी क्लब नूं मुबारकबाद है लोग जिहड़े सारे खुश ने इस चलते हुए टूरनामेंट तो मनाने वाला दलवीर खेल मैदान दे विच कबड्डी पाउण दे लई वाधा होया ते दूजे पासे कमल टिब्बे वाला वाह वाह ओए कमल टिब्बे वाला इधर साडा पम्मा वीर है इहनां बोलां दा मान कर रहा है दीपा मौली वाला प्रसिद्ध कबड्डी खिलाड़ी के कोच मेरे वीर इन्हों बोलों का माण साढ़े वीर पन्ने होनी दीपा मौली वाला इंग्लैंड तो कहते देख रहा मैच लाइव इन्हों टूरनामेंटा कबड्डी 365.com के जरिए धन्यवाद है सारे वीर का जिन्होंने विदेशों को पैसे भेजे ने इस बड़े मेले को करवाने के लिए क्योंकि कोई एक बंदा नहीं करवा सकता यह टूरनामेंट मेरे वीर सारे के सहयोग के नाल ही ये जो बड़े मेले करवाए जाते हैं एक पासे मनजिंदर सिंह उड़ना दूजे पासे बल्ला वाला दीपा बिकर सिंह जी दुसांझ ते सरदार लहमर सिंह जी इन्हां बोलों का माण कर रहे हैं हाफ टाइम हो गया है ते बिट्टू बिहारीपुर जी हुण जिहड़े जिन्हें भी पैसे बोल रहे हैं ना हाफ टाइम है वो तुसीं स्टेज तो बोल सकते हो हाफ टाइम का जिन्ना भी समय है उस बाद फिर आपां रनिंग कमेंट्री दर्शक वीरो तुहानूं सुणावांगे चलदा होया मैच पाड़वा के पॉइंट ने 15.5 और मौली के पॉइंट ने 25 हाफ टाइम तक का स्कोर एक बार जोरदार ताली मार दो 15.5 ते 25 10 पॉइंटों का फर्क है कोई ज्यादा फर्क नहीं माइक ओवर टू स्टे यूके तो दविंदर यूके उन्होंने फोफड़ जी सरदार बिकर सिंह जी दुसांझ तो सरदार लहमर सिंह जी पांडवा की टीम नो मंगे रोटी वाले 500 रुपये का जो सम्मान है वो पूजा किया जा रहा है असं बहुत बहुत धन्यवाद करते हैं। काकू यूके में जिंदर यूके वालों मौली की टीम में 200 है जी जीता यूके बोपा यूके
ਸਾਰੇ ਮਿੱਤਰ ਪਿਆਰੇ ਆ ਜਿਹੜੇ ਯੂਕੇ ਦੇ ਵਿੱਚ ਬੈਠੇ ਮੌਲੀ ਦੇ ਨਿਵਾਸੀ ਆ ਜਿਹੜੇ ਮਿੱਤਰ ਸਾਡੇ ਵੀਰ ਇੱਕ ਥਾਂ ਤੇ ਬੈਠ ਕੇ ਨਾਲ ਕਹਿੰਦੇ ਇੰਜੋਏ ਵੀ ਕਰ ਰਹੇ ਤੇ ਨਾਲ ਮੈਚਾਂ ਦਾ ਵੀ ਸਵਾਦ ਲੈ ਰਹੇ ਹੈ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੀ ਸ਼ਾਮ 84 ਵਾਲੇ ਨੂੰ ਕਹਿੰਦੇ 500 ਰੁਪਇਆ ਸਾਡੇ ਕਾਕੂ ਯੂਕੇ ਜੇ ਪੁਆਇੰਟ ਲੈਂਦਾ ਤੇ 500 ਦਿੱਤਾ ਜਾਣਾ ਸਾਡੇ ਕਾਕੂ ਯੂਕੇ ਉਹਨਾਂ ਵੱਲੋਂ। ਕੁਲਜੀਤ ਸਿੰਘ ਗਿੱਲ ਵੱਲੋਂ ਇਹ ਮਾਨ ਕੀਤੇ ਜਾਣਗੇ। ਹਾਂਜੀ ਜੱਸੇ ਨੂੰ ਜੱਸੇ ਦਾ ਮੌਲੀ ਵਾਲਿਆਂ ਨੂੰ 1000 ਰੁਪਇਆ, ਮੌਲੀ ਵਾਲਿਆਂ ਨੂੰ ਕਹਿੰਦੇ ਜੱਸੇ ਯੂਕੇ ਵੱਲੋਂ ਕਹਿੰਦੇ 1000 ਰੁਪਇਆ, ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਲੰਬੜ ਲੰਬੜ ਦੇ ਕਹਿੰਦੇ 15 ਤੋਂ 16 ਪੁਆਇੰਟ ਕਰ ਦਿੱਤੇ ਆਪਣੀ ਟੀਮ ਪਾਂਡਵਾ ਦੇ, ਬਾਬਾ ਮੋਨੀ ਜੀ ਕਲੱਬ ਦੇ ਨਾਂ ਤੇ ਖੇਡ ਰਹੀ ਹੈ ਟੀਮ। ਔਰ ਭਿੰਡੇ ਨੂੰ ਕਹਿੰਦੇ 200 ਹੈ ਨਰਵੈਰ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇੱਧਰ ਕਬੱਡੀ ਖੇਡ ਮੈਦਾਨ ਦੇ ਵਿੱਚ ਪੀਰ ਪਿੰਡ ਵਾਲੇ ਦੀ ਹੈ, ਇਹ ਹੈ ਪੀਰ ਪਿੰਡ ਵਾਲਾ ਸੀਪਾ ਦੇ ਦੂਜੇ ਪਾਸੇ ਕਮਲ, ਜਿਹੜਾ ਕਮਲ ਆ ਨਾ ਇਹ ਉੱਪਰ ਦੇ ਜਾਖਿਆਂ ਦੇ ਵਿੱਚ ਇੱਕ ਹੈ ਮੇਰੇ ਵੀਰੋ, ਯਾਰਪ ਦੇ ਖੇਡ ਮੈਦਾਨਾਂ ਦੇ ਵਿੱਚ ਤਕੜਾ ਖੇਡ ਹੈ ਤੇ ਬਾਬਾ ਮੇਰੇ ਕਰੇ ਕਨੇਡਾ ਜੰਗ ਲੈਣ ਜ਼ਰੂਰ ਖੇਡੇ। ਅਰਵਿੰਦ ਭਲਵਾਨ ਦੇ ਲਈ ਵਰਗਾ ਦਿਲਬਾਗ ਸਿੰਘ ਜੀ ਤੇ ਸਰਦਾਰ ਗੁਜਾਰ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਵੱਲੋਂ ਜਿਹੜੇ ਮਾਇਆ ਦੇ ਗੱਫੇ ਆਏ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੀਪਾ ਗੱਲ ਨੌ ਦਾ ਤੇ ਉੱਡਣਾ ਕਾਲੇ ਸੰਘਿਆਂ ਦਾ ਮੇਰੇ ਵੀਰੋ, ਕਾਲੇ ਸੰਘੇ ਪਿੰਡ ਕਹਿੰਦੇ ਜਸਵੀਰ ਘੁੱਗੀ ਦਾ ਪਿੰਡ ਹੈ, ਜੀਤੇ ਮੌੜ ਦਾ ਪਿੰਡ ਹੈ ਕਹਿੰਦੇ, ਕਬੱਡੀ ਦੇ ਬਾਬਾ ਬੋੜ ਮਹਿੰਦਰ ਮੌੜ ਦਾ ਪਿੰਡ ਹੈ, ਘੁੱਟੇ ਦਾ ਪਿੰਡ ਹੈ, ਤਾਜੇ ਦਾ ਪਿੰਡ ਹੈ ਮੇਰੇ ਵੀਰੋ, ਇਹਨਾਂ ਖਿਡਾਰੀਆਂ ਦਾ ਪਿੰਡ ਹੈ ਤੇ ਸੰਦੀਪ ਪਿਛਲੇ ਸਾਥੋਂ ਸਦਾ ਲਈ ਵਿਛੜਿਆ ਹੈ, ਉਸ ਮਹਾਨ ਕਬੱਡੀ ਖਿਡਾਰੀ ਦਾ ਵੱਡਾ ਘਾਟਾ ਜਿਹੜਾ ਸਾਡੀ ਮਾਂ ਖੇਡ ਕਬੱਡੀ ਨੂੰ ਪਿਆ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਦਲਵੀਰ ਮਨਾਣੇ ਵਾਲਾ ਮੇਰੇ ਵੀਰੋ, 16 ਤਰੀਕ ਨੂੰ 7 ਅਕਤੂਬਰ ਦੀ ਨੂੰ ਧੂਰਕੋਟ ਰਣਸੀ ਦੇ ਕੱਪ ਦੇ ਕਹਿੰਦੇ ਲੰਡੀਆਂ ਜੀਪਾਂ ਦਿੱਤੀਆਂ ਜਾਣਗੀਆਂ ਦਰਸ਼ਕ ਵੀਰ ਤੇ ਖਿਡਾਰੀ ਵੀਰਾਂ ਨੂੰ ਖੁੱਲ੍ਹਾ ਸੱਦਾ ਹੈ, ਦੋ ਖਿਡਾਰੀ ਪਿੰਡ ਵਾਰ ਦੇ ਵਿੱਚ ਬਾਹਰੋਂ ਖੇਡਣਗੇ, 40 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਤੇ 7 ਵਜੇ ਦੇ ਨਾਲ ਜਿਹੜੇ ਮੈਚ ਹੈ ਉਹ ਸਮਾਪਤ ਕੀਤੇ ਜਾਣਗੇ। ਜਿਹੜੇ ਦੂਰੋਂ ਦਰਸ਼ਕ ਆਏ ਹੈ ਕਈ ਵਾਰੀ ਇਹ ਸੋਚਦੇ ਆ ਵੀ ਮਾਲਵੇ ਦੇ ਵਿੱਚ ਮੈਚ ਜਿਹੜੇ ਹੈ ਉਹ ਲੇਟ ਖਤਮ ਹੁੰਦੇ ਹੈ, ਪਰ ਨਹੀਂ, ਧੂਰਕੋਟ ਦੇ ਵਿੱਚ ਜਿਹੜੇ ਮੈਚ ਹੈ ਉਹ 7 ਜਾਂ 7:30 ਤੋਂ ਪਹਿਲਾਂ ਉਹ ਸਮਾਪਤ ਕੀਤੇ ਜਾਣਗੇ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਇੱਕ ਪਾਸੇ ਅੰਗਰੇਜ਼ ਤੇ ਦੂਜੇ ਪਾਸੇ ਤੀਰਥ ਹੈ ਹੇਰਾ ਵਾਲਾ ਤੇ ਇਹਦੇ ਅੰਗਰੇਜ਼ ਪਾਂਡਵਾਂ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਅਵਤਾਰ ਸਿੰਘ ਜੀ, ਅਵਤਾਰ ਸਿੰਘ ਜੀ ਪਾਂਡਵਾ ਬਾਰੇ 500 ਰੁਪਇਆ ਜਿਹੜਾ ਹੈ ਪਾਂਡਵਾਂ ਦੀ ਟੀਮ ਨੂੰ ਪੁੱਜਦਾ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਾਂਡਵਾਂ ਦੀ ਟੀਮ ਨੂੰ, ਇਹ ਮਾਇਆ ਦੇ ਜੱਥੇ ਪੁੱਜੇ ਕੀਤੇ ਜਾ ਰਹੇ ਹੈ। ਮੰਨੀ ਤੇ ਮੋਨੂ ਵੱਲੋਂ ਵੀ 500 ਰੁਪਏ ਦੇ ਜਿਹੜੇ ਮਾਨ ਸਨਮਾਨ ਹੈ ਉਹ ਦਿੱਤੇ ਜਾ ਰਹੇ ਹੈ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬੋਭਾ ਤੇ ਜੀਤਾ ਯੂਕੇ ਉਹਨਾਂ ਵੱਲੋਂ ਮਾਇਆ ਦੇ ਜੱਥੇ ਉਹ ਜਿਹੜੇ ਦਿੱਤੇ ਜਾ ਰਹੇ ਹੈ, ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਇਹ ਆ ਲੰਬੜ ਪਰ ਦੂਜੇ ਪਾਸੇ ਕਹਿੰਦੇ ਤੀਰਥ ਹੈ, ਲੰਬੜਾ ਜੇ ਕੱਦ ਛੋਟਾ ਜਿਹਾ ਥੋੜਾ ਜਿਹਾ ਹੋਰ ਹੁੰਦਾ ਨਾ ਤੇ ਫੇਰ ਜਿਹੜੀ ਗੱਲ ਹੈ ਨਾ ਉਹ ਸਵਾਦ ਵਾਲੀ ਹੋ ਜਾਣੀ, ਫਿਰ ਹੁਣ ਵੀ ਖੇਡ ਹੈ ਨੌਜਵਾਨਾਂ ਤੇਰੀ ਹੌਸਲੇ ਦੇ ਨਾਲ ਇਸੇ ਤਰ੍ਹਾਂ ਆਪਾਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੇਡਣਾ। ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਕਬੱਡੀ ਨਸਰਾਲੇ ਵਾਲੇ ਲੱਕੀ ਦੀ ਹੈ, ਇਹ ਹੈ ਲੱਕੀ ਨਸਰਾਲੇ ਵਾਲਾ ਲੱਕੀ ਨੌਜਵਾਨ ਆਪਣੀ ਟੀਮ ਦੇ ਲਈ ਮੇਰੇ ਵੀਰੋ, ਲੱਕੀ ਜਿਵੇਂ ਕਹਿ ਦਈਏ ਪੰਜਾਬੀ ਦੇ ਵਿੱਚ ਕਿਸਮਤ ਵਾਲੇ ਨੂੰ ਆਖਿਆ ਜਾਂਦਾ ਹੈ, ਲੱਕੀ ਹੈ ਮੇਰੇ ਵੀਰੋ, ਇਸ ਵੇਲੇ ਕਬੱਡੀ ਪਾ ਕੇ ਬੋਰਡ ਲੈ ਕੇ ਵਾਪਸ ਜਾਣਾ ਹੋਇਆ ਆਪਣੀ ਟੀਮ ਦੇ ਲਈ। ਆਪਾਂ ਰਾਸ਼ ਨਾ ਕਰੀਏ ਮੇਰੇ ਵੀਰੋ, ਥੋੜਾ ਤੁਰ ਫਿਰ ਕੇ ਮੇਲਾ ਵੇਖੀਏ ਕਿਉਂਕਿ ਪਿੱਛੇ ਹੈ ਨਾ ਜਿਹੜੀ ਸੰਗਤ ਉਹ ਬੜੀ ਮੁਕਾਬਲੀ ਹੈ ਇਸ ਮੈਚ ਦੀ, ਇੱਕ ਇੱਕ ਕਬੱਡੀ ਨੂੰ ਵੇਖਣ ਦੇ ਲਈ, ਇੱਕ ਇੱਕ ਜੱਫੇ ਨੂੰ ਵੇਖਣ ਦੇ ਲਈ, ਇੱਧਰ ਉੱਡਣਾ ਤੇ ਪੁਆਇੰਟ ਜਿਹੜਾ ਹੈ ਇਸ ਵੇਲੇ ਰੇਟਰ ਦੇ ਹਿੱਸੇ ਜਾਜੜਾ ਹੈ, ਪੁਆਇੰਟ ਮੇਰੇ ਵੀਰੋ ਢਾਬੀ ਦੇ ਹਿੱਸੇ ਜਾਜੜਾ, ਸਿਰੇ ਦਾ ਮੈਚ ਹੈ ਭਾਜੀ, ਜਦੋਂ ਲੱਗ ਗਿਆ ਨਾ ਮੈਂ ਨਾਲ ਦੀ ਨਾਲ ਦੇ ਲਓ। ਦਲਵੀਰ ਮੇਰੇ ਵੀਰੋ ਮਨਾਣੇ ਵਾਲਾ ਹੈ, ਲੈ ਵੀ ਰਾਜਾ ਮਨਾਣਾ ਦੱਸੀ ਕਿੱਥੇ ਜੇ ਹੈ, ਆਪਾਂ ਸਾਰੀ ਸੰਗਤ ਨੂੰ ਦੱਸਦੀ ਹੈ ਵੀ ਮੁੰਡਾ ਕਿੱਥੋਂ ਪਹੁੰਚਿਆ, ਐਨ ਕੱਲੀ ਕੱਲੀ ਰੋਡ ਦੱਸਦੀ ਵੀ ਕਿੱਥੇ ਜੇ ਪਿੰਡ ਪੈਂਦਾ ਮਨਾਣਾ, ਬਲੌਂਗੀ ਦੇ ਨੇੜੇ ਕਹਿੰਦੇ ਚੰਡੀਗੜ੍ਹ ਦੇ ਲਾਗੇ ਸਨੀ ਇਨਕਲੇਵ ਆ ਤੇ ਸਨੀ ਇਨਕਲੇਵ ਤੋਂ ਨਾਲੇ ਦੀ ਜ਼ਮੀਨ 'ਚ ਬਣਿਆ ਹੋਇਆ ਸਨੀ ਇਨਕਲੇਵ, ਜਿੱਥੇ ਫੁੱਟਾਂ ਦੇ ਹਿਸਾਬ ਨਾਲ ਕਹਿੰਦੇ ਜ਼ਮੀਨ ਬੜੀ ਮਹਿੰਗੀ ਵਿਕਦੀ ਹੈ, ਇੱਥੇ ਕਦੇ ਗਜਾਂ ਦੀ ਗੱਲ ਹੁੰਦੀ ਹੈ ਤੇ ਉੱਥੇ ਫੁੱਟਾਂ ਦੀ ਗੱਲ ਹੁੰਦੀ ਹੈ। ਨੌਜਵਾਨਾਂ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ, ਇਸ ਵੇਲੇ
ਦੀਪਾ ਬਾਹੋ ਜਿੱਤਿਆ ਕਿਸ ਇਲਾਕੇ ਦਾ ਮਠੱਡਿਆ ਵਾਲਾ ਦੀਪਾ ਕਬੱਡੀ ਦਾ ਮਹਾਨ ਖਿਡਾਰੀ ਕਦੇ ਸੱਤੇ ਹੋਣਾ ਦੀ ਗੱਲ ਕਦੇ ਦਾਰੇ ਹੋਣਾ ਦੀ ਤੇ ਕਦੇ ਭਿੰਡੇ ਹੋਣਾ ਦੀ ਕਹਿੰਦੇ ਗੱਲ ਹੁੰਦੀ ਹੈ ਆਓ ਵੇਖੋ ਫਿਰ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇਲੇ ਨੌਜਵਾਨ ਸੀਪਾ ਉਧਰ ਸਿੰਘ ਜੀ ਕਿੰਗ ਹੈ ਇਹ ਕੌਣ ਹੈ ਇਹ ਮੂਲੇ ਵਾਲਦਾ ਕਹਿੰਦੇ ਭਿੰਡਾ ਹੈ ਮੇਰੇ ਪੰਜਾਬੀ ਵੀਰੋ ਇਸ ਵੇਲੇ ਨਾ ਤਕੜਾ ਜੱਥਾ ਆਪਣੀ ਟੀਮ ਦੇ ਲਈ ਜੀਤਾ ਤੇ ਬੋਭਾ ਯੂਕੇ ਵੱਲੋਂ 500 ਤੇ ਥਾਪੀ ਵੀ ਮਾਰ ਦਿੱਤੀ ਹੈ ਤੇ ਇਹ ਮਾਇਆ ਦੇ ਗੱਫੇ ਜਿਹੜੇ ਸਾਂਭ ਲਓ ਜੀ 500 ਰੁਪਈਆ ਜਿਹੜਾ ਢਿੰਡੇ ਮੂਲੇ ਵਾਲ ਖਹਿਰਿਆਂ ਵਾਲੇ ਦੇ ਲਈ ਜੀਤੇ ਹੋਣਾ ਵੱਲੋਂ ਬੋਭੇ ਹੋਣਾ ਵੱਲੋਂ ਬੈਠੇ ਆਪਣੇ ਸਾਥੀਆਂ ਦੇ ਨਾਲ ਆਨੰਦ ਮਾਣ ਰਹੇ ਆ ਸਵੇਰ ਤੋਂ ਲੈ ਕੇ ਕਹਿੰਦੇ ਵੀ ਅੱਜ ਕੰਮ ਤੇ ਵੀ ਨਹੀਂ ਜਾਣਾ ਹੈ ਤੇ ਪਿੰਡ ਦੇ ਟੂਰਨਾਮੈਂਟ ਦਾ ਜਿਹੜਾ ਆਨੰਦ ਆ ਉਹ ਮਾਣਨਾ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਲੰਬੜ ਭਾਵੇਂ ਲੰਬੜਾ ਹੈ ਇਸ ਲਈ ਲੰਬੜ ਆਪਣੀ ਟੀਮ ਦੇ ਲਈ 1 ਲੱਖਾਂ ਚ ਪਾਉਣ ਦਾ ਵਾਅਦਾ ਕਰਦਾ ਹੋਇਆ ਨੌਜਵਾਨ ਗੱਭਰੂ ਸਿਰੇ ਦਾ ਮੈਚ ਫਾਈਨਲ ਮੈਚ ਨੂੰ ਕਹਿੰਦੇ ਟਾਈਮ 20:25 ਦਾ ਦਿੱਤਾ ਗਿਆ ਤੇ ਦਰਸ਼ਕ ਵੀਰ ਵੀ ਐਨ ਸਵਾਦ ਲਈ ਜਾਂਦੇ ਆ ਗੱਲੀ ਗੱਲੀ ਕਬੱਡੀ ਦਾ ਤੇ ਬਾਅਦ ਚ ਗੱਲਾਂ ਵੀ ਕਰਨੀਆਂ ਵੀ ਦਲਵੀਰ ਜਿਹੜਾ ਚੰਡੀਗੜ੍ਹ ਹੱਸਿਆ ਨਾ ਉਹਨੇ ਫੇਰ ਵੇਰ ਕੇ ਕਬੱਡੀਆਂ ਪਾਈਆਂ ਤੇ ਇਸ ਵੇਲੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਲਈ ਜੋੜ ਦਿੱਤਾ ਲੈ ਵੀ ਮਿੱਤਰਾ ਲੜਨਾ ਨੀ ਮੇਰੇ ਵੀਰੋ ਦਲਵੀਰ ਪੁਆਇੰਟ ਮਿਲ ਗਿਆ ਮੈਂ ਦਲਵੀਰ ਦਲਵੀਰ ਪੁਆਇੰਟ ਮਿਲ ਗਿਆ ਨੌਜਵਾਨਾਂ ਪਲੀਜ਼ ਆਪਾਂ ਮਾਹੌਲ ਨਾ ਖਰਾਬ ਕਰੀਏ ਸਵੇਰ ਤੋਂ ਲੈ ਕੇ ਬੜਾ ਵਧੀਆ ਜਿਹੜਾ ਟੂਰਨਾਮੈਂਟ ਹੈ ਉਹ ਚੱਲ ਰਿਹਾ ਹੈ ਪਲੀਜ਼ ਇਹ ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ ਕੰਮ ਸ਼ਾਇਰਾ ਉਸਨੂੰ ਗਾਵਣਾ ਜੀ ਕਾਦਰ ਯਾਰ ਦੇ ਖੁਦਾ ਨੂੰ ਯਾਦ ਰੱਖੀਏ ਜਿਹਨੇ ਅੰਤ ਸਮੇਂ ਕਮਾਵਣਾ ਜੀ ਜਿਹਨੇ ਅੰਤ ਸਮੇਂ ਕਮਾਵਣਾ ਜੀ ਉਧਰ ਸੋਖਾ ਕਿੰਗ ਕਹਿੰਦਾ ਵੀ ਮੂਲੇ ਵਾਲ ਖਹਿਰਿਆਂ ਵਾਲੇ ਭਿੰਡੇ ਨੂੰ ਮੇਰੇ ਵੱਲੋਂ ਮਾਣ ਜਿਹੜਾ ਕਰਦੇ ਮਹਾਨ ਕਬੱਡੀ ਖਿਡਾਰੀ ਦਾ ਪਰ ਇੱਧਰ ਉੱਡਣਾ ਬਾ ਉਹ ਉੱਡਣਿਆ ਉੱਡਣੇ ਕੋਲੇ ਦਾਈ ਬੜੇ ਹੈ ਪਤਾ ਨੀ ਕਿੱਥੋਂ ਕਿੱਟਾ ਚੱਕ ਲੈਣਾ ਪਤਾ ਨੀ ਕਿੱਥੋਂ ਕੱਟ ਫੜ ਲੈਣਾ ਆਹ ਵੇਖੋ ਭਲਵਾਨੀ ਦਾ ਲਾਉਂਦਾ ਕਿਉਂ ਮੌਲੀ ਵਾਲੇ ਉਹ ਸਵਾਦ ਆਇਆ ਤਾਂ ਇੱਕ ਵਾਰੀ ਲਲਕਾਰਾ ਜ਼ਰੂਰ ਮਾਰ ਕੇ ਦੱਸ ਦਿਓ ਤੇ ਹੁਣ ਤਾੜੀ ਮਾਰ ਦਿਓ ਸਿਆਣੇ ਲਲਕਾਰਾ ਨਹੀਂ ਮਾਰ ਸਕਦੇ ਤਾੜੀ ਤਾ ਕੇ ਮਾਰ ਦਿਓ ਜੇ ਮੇਲੇ ਦਾ ਸਵਾਦ ਆ ਵੀ ਨਾ ਮਾਰੋ ਲਓ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਚਲੋ ਜੀ ਅਗਲੀ ਰੇਸ ਚੱਲ ਵੀ ਸੋਨੀ ਪਾਲ ਇੱਕ ਵੱਡੀ ਨੌਜਵਾਨ ਹੈ ਫਤਿਹਗੜ੍ਹ ਛੰਨਾ ਵਾਲਾ ਇੱਕ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਜਿਸ ਧਰਤੀ ਦਾ ਇਤਿਹਾਸ ਬਹੁਤ ਵੱਡਾ ਹੈ ਦੁਨੀਆ ਦੇ ਵਿੱਚ ਕਹਿੰਦੇ ਅਮਰੀਕਾ ਵਾਲਿਆਂ ਨੇ ਖੋਜ ਕੀਤੀ ਵੀ ਸਭ ਤੋਂ ਮਹਿੰਗੀ ਧਰਤੀ ਕਿਹੜੀ ਹੈ ਉਹ ਪਤਾ ਲੱਗਿਆ ਵੀ ਉਹ ਸ਼੍ਰੀ ਮੇਰੇ ਵੀਰੋ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਜਿਸ ਧਰਤੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰ ਕੌਰ ਜੀ ਦਾ ਸੇਠ ਟੋਡਰ ਮੱਲ ਵੱਲੋਂ ਕਹਿੰਦੇ ਸੋਨੇ ਦੀਆਂ ਮੋਹਰਾਂ ਪਿੱਛੇ ਜਿਹੜੀ ਜ਼ਮੀਨ ਖਰੀਦੀ ਗਈ ਸੀ ਨਾ ਤੇ ਅੱਜ ਤੱਕ ਇਤਿਹਾਸ ਦੇ ਵਿੱਚ ਮੇਰੇ ਵੀਰੋ ਜ਼ਮੀਨ ਖਰੀਦੀ ਗਈ ਹੈ ਸੋਨੇ ਪਿੱਛੇ ਤੇ ਨਾ ਵੇਚੀ ਗਈ ਹੈ ਇਸ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਧਰਤੀ ਹੈ ਉਹ ਆਹ ਦੀ ਧਰਤੀ ਮੇਰੇ ਵੀਰੋ ਆਓ ਦਲਵੀਰ ਐਨ ਕਹਿੰਦੇ ਹੁਣ ਨਾ ਜਿਹੜਾ ਪੂਰਾ ਜ਼ੋਰ ਲੱਗਿਆ ਪਿਆ ਦੋਨੋਂ ਟੀਮਾਂ ਦੇ ਖਿਡਾਰੀਆਂ ਦਾ ਬੇਵਸੀ ਹੋਈ ਪਈ ਆ ਬੱਲਾਂ ਵਾਲਾ ਦੀਪਾ ਕਹਿੰਦਾ ਵੀ ਹੁਣ ਹੈ ਜਿਹੜਾ ਮੇਰੇ ਵੀਰੋ ਕੰਮ ਬੇਵਸ ਹੋਇਆ ਪਿਆ